ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਇੱਕ ਵਾਰੀ ਫਿਰ ਰਾਣੇ ਵਿਹਲੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੋ ਗਿਆ ਹੈ। ਚਿੜੀਆਂ ਨੂੰ ਆਪਣਾ ਢੰਗ ਛੱਡਿਆ, ਤੋਤੇ ਨੂੰ ਇੱਥੇ, ਚਿੜੀਆਂ ਨੂੰ ਉਹ, ਚਿੜੀਆਂ ਉੱਥੇ ਧੁੱਪ ਆ ਗਈ, ਉਹਨਾਂ ਦੀ ਜਗ੍ਹਾ ਸਹੀ ਨਹੀਂ ਹੈ। ਪਰ ਹੁਣ ਇਸ ਤੋਂ ਇਲਾਵਾ ਜਗ੍ਹਾ ਵੀ ਕੋਈ ਨਹੀਂ ਹੈ। ਤੋਤੇ ਨੂੰ ਆਹ ਟਾਂਗਤਾ ਵਾ, ਇਹਦਾ ਹੁਣ ਮੈਂ ਕਿਹਾ ਦਾਣਾ ਪਾਣੀ ਕਰਦੇ ਹਾਂ, ਇਸ ਤੋਂ ਬਾਅਦ ਫਿਰ ਮੰਡੀ ਜਾਣਾ ਵਾ। ਦੇਖਦਾ ਇਹ ਮੇਰੇ ਕੋਲ ਆਉਂਦਾ ਨਹੀਂ ਗਾ, ਡਰਦਾ ਬੜਾ ਵਾ। ਆਹ ਪਲੇ ਕੋਲੀ ਇਹਦੀ ਕੱਢ ਕੇ ਸਾਫ਼ ਕਰਦਾ ਵਾਂ। ਉੱਦਾਂ ਤਾਂ ਇਹਦੇ ਉਹ ਵੇਖੋ, ਅੰਦਰ ਹੀ ਅਮਰੂਦ ਵੀ ਪਿਆ, ਉਹ ਹਰੀ ਮਿਰਚ ਵੀ ਪਈ ਆ, ਪਰ ਸਮਾਨ ਇਹਦਾ ਕੱਢ ਕੇ ਨਾ ਬਦਲਣਾ, ਗੰਦਾ ਬੜਾ ਹੋਇਆ ਸਾਰਾ ਕੁਛ। ਆਹ ਹੁਣ ਇਹਨੂੰ ਪਾਣੀਆਂ ਸੀਗੀਆਂ ਛਾਵਾਂ, ਪਰ ਉਹ ਤੋਂ ਪਹਿਲੇ ਨਾ ਇਹਦਾ ਸਮਾਨ ਕੱਢ ਲਈ ਅੰਦਰੋਂ। ਚੱਲ ਡਰਦਾ ਬਹੁਤ, ਹਾਲੇ ਤੱਕ ਨਾ ਮੇਰੇ ਕੋਲੋਂ ਡਰਨਾ ਨਹੀਂ ਛੱਡਦਾ ਹੈ। ਮੈਂ ਤੈਨੂੰ ਕੀ ਕਿਹਾ, ਇਹ ਬੋਲਦਾ ਸੁਬਹਾ ਸੁਬਹਾ ਗੱਲਾਂ ਕਰ ਰਿਹਾ ਹੁੰਦਾ, ਹੈਲੋ 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 ਸੁਬਹਾ ਸੁਬਹਾ ਬੋਲਣ ਦਿਆ ਹੁੰਦਾ। ਚਲੋ ਇਹਨਾਂ ਦੀਆਂ ਛਾਵਾਂ ਛੂਵਾਂ ਸਾਫ਼ ਕਰਕੇ ਇਹਨਾਂ ਦਾ ਮੈਂ ਬਦਲਦਾ ਸਮਾਨ, ਸਮਾਨ ਸਮੂਨ ਇਹਨਾਂ ਦਾ ਕੱਢ ਕੇ ਸਾਫ਼ ਕਰਕੇ ਨਾ ਇਹਨਾਂ ਨੂੰ ਪਾਉਣਾ ਵਾ ਖਾਣਾ ਪਾਣੀ। ਹੁਣ ਜਿੱਦਾਂ ਦੇਖੋ ਪਾਣੀ ਆਣਾ, ਪਾਣੀ ਦੇ ਵਿੱਚ ਇਹਨਾਂ ਨੇ ਮਿਰਚੀ ਮਿਰਚ ਨੇ ਸੁੱਟੀ ਹੈ। ਤੋਤੇ ਨੂੰ ਆਹ ਪਤਾ ਨਹੀਂ ਕੀ ਮਸਲਾ ਵਾ, ਜਿਹੜੀ ਵੀ ਸ਼ੈ ਇਹਨੂੰ ਪਾਉਂਦਾ ਵਾ ਨਾ ਇਹ ਖਿਲਾਰ ਦਿੰਦਾ। ਖਿਲਾਰਨ ਤੋਂ ਮੁਰਾਦ ਉਹਨਾਂ ਨੂੰ ਕਤਰਾ ਕਤਰਾ ਕਰਦਾ ਵਾ ਅਤੇ ਸਾਰੀ ਥੱਲੇ ਸੁੱਟ ਦਿੰਦਾ ਵਾ। ਉੱਤੋਂ ਇਹਦਾ ਉਹ ਜਿਹੜਾ ਥੱਲੇ ਇਹਦੇ ਆ ਟਰੇ ਜੀ ਪਈ ਆ, ਉਹਦੀ ਉਹ ਟਰੇ ਵੀ ਨਹੀਂ ਲੱਭਦੀ ਹੈ। ਟਰੇ ਲੱਭੇ ਤਾਂ ਚਲੋ ਬੰਦਾ ਇਹ ਵੀ ਕੰਮ ਸਾਫ਼ 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 ਸਫਾਈ ਵਾਲਾ ਵੀ ਜ਼ਰਾ ਥੋੜ੍ਹੀ ਜਿਹੀ ਬੱਚਤ ਹੋ ਜਾਂਦੀ ਹੈ। ਆਹ ਨਾ ਪਿਆ, ਆਹ ਦੇਖੋ ਟਰੇ ਨਹੀਂ ਆਇਆ ਇਹਦੀ ਥੱਲੇ, ਆਹ ਲਾਇਆ ਫਿਰ ਵੀ ਥੱਲੇ, ਉਹ ਦੇਖੋ ਕਿੱਦਾਂ ਇਹਨੇ ਖਿਲਾਰਾ ਪਾਇਆ। ਇਹ ਕੰਮ ਨਹੀਂ ਇਹਦਾ ਮੁੱਕਦਾ, ਇਹਨੂੰ ਪਤਾ ਨਹੀਂ ਇਹ ਆਦਤ ਕੀ ਆਈ ਆ, ਪਤਾ ਨਹੀਂ ਗੁੱਸੇ 'ਚ ਹੁੰਦਾ ਵਾ ਜਿਹੜੀ ਸ਼ਾਇਦ ਇੱਦਾਂ ਪਾਈ ਦੀ ਆ ਖਿਲਾਰ ਦਿੰਦਾ। ਚਿੜੀਆਂ ਮਾਸ਼ਾਅੱਲਾ ਚਾਰੇ ਹੀ ਖੇਲਣ ਦੀਆਂ ਸੀਗੀਆਂ, ਚਾਰੇ ਹੀ ਬਾਹਰ ਨੇ। ਇੱਕ ਦੋ ਤਿੰਨ, ਚੌਥੀ ਕਿੱਥੇ ਆ? ਆਹ ਥੱਲੇ ਇੱਕ ਦੋ ਤਿੰਨ ਅਤੇ ਉਹ ਚਾਰ ਚਿੜੀਆਂ ਮਾਸ਼ਾਅੱਲਾ ਚਾਰੇ ਹੀ ਬਾਹਰ ਆ ਖੇਲਣ ਦੀਆਂ ਨੇ, ਪਰ ਹੁਣ ਇੱਥੇ ਆ ਗਈ ਆ। ਧੁੱਪ ਧੁੱਪ ਦਾ ਵੀ ਕੋਈ ਇਲਾਜ ਕਰਨਾ ਪੈਣਾ, ਇੱਦਾਂ ਤਾਂ ਨਹੀਂ ਕੰਮ ਵਾਰਾ ਖਾਂਦਾ। ਮੇਰੀ ਸਲਾਹ ਵਾ ਕੱਪੜਾ ਇਹਦੇ ਉੱਤੇ ਦੇ ਦਿਆਂਗਾ, ਅਤੇ ਇਹ ਚਲੋ ਫਿਰ ਧੁੱਪ ਤੋਂ ਬਚਤ ਹੋ ਜਾਏਗੀ, ਜਦੋਂ ਧੁੱਪ ਇੱਥੋਂ ਚੱਲ ਜਾਏਗੀ ਉਦੋਂ ਇਹਦੇ ਉੱਤੋਂ ਲਾ ਦਾਂਗੇ ਕੱਪੜਾ। ਫਿਲਹਾਲ ਇਹਨਾਂ ਦੇ ਮੈਂ ਹੁਣ ਬਰਤਨ ਸ਼ਰਤਨ ਧੋ ਕੇ ਇਹਨਾਂ ਨੂੰ ਖਾਣਾ ਪਾਣੀ ਪਾ ਦਿਆਂ, ਉਸ ਤੋਂ ਬਾਅਦ ਫਿਰ ਮੰਡੀ ਜਾਣਾ। ਭਾਈ ਸ਼ਬੀਰ ਦੀ ਕਾਲ ਆਈ ਆ। ਬਰਤਨ ਇਹਨਾਂ ਦੇ ਚੰਗੀ ਤਰ੍ਹਾਂ ਧੋਤੇ ਆ, ਬਰਤਨ ਧੋ ਕੇ ਨਾ ਆਹ ਤੋਤੇ ਦਾ ਸਮਾਨ ਆ, ਤੋਤੇ ਨੂੰ ਇੱਕ ਲਗਾਠ ਮਟਰ ਅਤੇ ਹਰੀ ਮਿਰਚ ਪਾਈ ਆ। ਟਮਾਟਰ ਇਹਨੂੰ ਦੁਪਹਿਰ ਨੂੰ ਪਾਵਾਂਗੇ, ਕਿਉਂਕਿ ਇਸ ਟਾਈਮ ਇਹਨੂੰ ਪਾ ਦਿੱਤਾ, ਇਹਨੇ ਖਾਣਾ ਨਹੀਂ ਹੈ। ਨਖਰੇ ਕਰਦਾ, ਹਰ ਸ਼ੈ ਵੱਢ ਵੱਢ ਕੇ ਥੱਲੇ ਸੁੱਟ ਦਿੰਦਾ ਵਾ, ਪਤਾ ਨਹੀਂ ਕੀ ਕਰਦਾ ਅੱਜ ਕੱਲ੍ਹ। ਆਹ ਪਾਣੀ ਇਹਦਾ ਮਸ਼ਾਅੱਲਾ ਥੋੜ੍ਹਾ ਜਿਹਾ ਠੰਡਾ, ਜ਼ਿਆਦਾ ਠੰਡਾ ਨਹੀਂ, ਕਹਿੰਦੇ ਜ਼ਿਆਦਾ ਠੰਡਾ ਪਾਣੀ ਪਾਓ ਅਤੇ ਬਿਮਾਰ ਹੋ ਜਾਂਦੇ ਆ। ਥੋੜ੍ਹਾ ਜਿਹਾ ਠੰਡਾ ਪਾਣੀ ਇਹਦੇ ਵਾਸਤੇ ਪਾਇਆ। ਚਿੜੀਆਂ ਦੀ ਵੀ, ਚਿੜੀਆਂ ਦਾ ਆਹ ਆਪਣਾ ਠੰਡਾ ਪਾਣੀ ਅਤੇ ਉਹ ਦਾਣਾ ਪਾ ਛੱਡਿਆ। ਚਿੜੀਆਂ ਦਾ ਹੁਣ ਇੱਦਾਂ ਵਾ ਕਿ ਵਿਚਾਰੀਆਂ ਹਲੇ ਧੁੱਪ 'ਚ ਆ, ਇਹਨਾਂ ਦੀ ਧੁੱਪ ਦਾ ਇਲਾਜ ਕਰਦੇ ਹਾਂ। ਇਹਨਾਂ ਨੂੰ ਆਪਣਾ ਕੱਪੜਾ ਪਾ ਦਿੰਦਾ ਵਾ ਫਿਲਹਾਲ। ਹੁਣ ਇਹੀ ਹਾਲ ਆ, ਮੇਰੇ ਕੋਲ ਹੋਰ ਜਗ੍ਹਾ ਨਹੀਂ ਹੈ। ਸਾਹਮਣੇ ਦੀਵਾਰ ਆ, ਉੱਥੇ ਸੈੱਟ ਨਹੀਂ ਆਉਣੀ ਹੈ, ਕਿਉਂਕਿ ਬਿੱਲੀ ਦਾ ਖਤਰਾ ਹੁੰਦਾ, ਇੱਥੋਂ ਟੱਪ ਕੇ ਅਤੇ ਇੱਧਰ ਡਿੱਗ ਸਕਦੀ ਆ, ਅਤੇ ਜਿੱਦਣ ਬਿੱਲੀ ਉੱਧਰੋਂ ਟੱਪ ਕੇ ਉੱਧਰ ਡਿੱਗ ਗਈ ਨਾ, ਅਤੇ ਸਮਝ ਲਓ ਉੱਦਣ ਹੀ ਚਿੜੀਆਂ ਗਈਆਂ। ਆਹ ਦਾਣਾ ਇਹਨਾਂ ਦਾ ਪਾਇਆ, ਵਿੱਚ ਲਗਾ ਠਿੱਕ ਰੱਖੀ ਆ, ਆਹ ਚਿੜੀਆਂ ਵਾਸਤੇ ਆ ਮਾਸ਼ਾਅੱਲਾ। ਉਹਨਾਂ ਨੂੰ ਮੈਨੂੰ ਲੱਗਦਾ ਭੁੱਖ ਵੀ ਲੱਗੀ ਆ, ਉਡੀਕਣ ਦੀਆਂ ਮੈਨੂੰ ਪਹਿਲੇ ਉਹ ਦੇਖੋ, ਹਜੇ ਮੈਂ ਰੱਖੀ ਵੀ ਨਹੀਂ ਗਈ ਅਤੇ ਉਹ ਆ ਗਈ ਖਾਣ ਛੇਤੀ ਛੇਤੀ। ਚਲੋ ਖਾਓ ਪੀਓ, ਬਿਸਮਿਲਾ ਕਰੋ। ਆਹ ਲਗਾਠ ਇੱਕ ਤੋਤੇ ਨੂੰ ਵੀ ਅਤੇ ਇਹਨਾਂ ਨੂੰ ਵੀ ਇੱਕ ਇੱਕ ਲਗਾਠ ਪਾ ਦਿੱਤੀ ਹੈ, ਨਾਲ ਇਹਨਾਂ ਦਾ ਖਾਣਾ ਪਾਣੀ ਪਾ ਦਿੱਤਾ ਵਾ, ਬਰਤਨ ਚੰਗੀ ਤਰ੍ਹਾਂ ਧੋ ਕੇ ਆਹ ਕੱਪੜਾ ਪਾ ਕੇ ਇਹਨੂੰ ਢੱਕ ਦਿੰਦਾ ਵਾ ਉੱਤੋਂ। ਚੱਲ ਬਈ ਬਿਸਮਿਲਾ। ਲਓ ਜੀ ਇੱਦਾਂ ਕੱਪੜਾ ਪਾ ਦਿੰਦੇ ਹਾਂ, ਫਿਲਹਾਲ ਇਹ ਆ ਕਿ ਚਲੋ ਧੁੱਪ ਤੋਂ ਮਹਿਫੂਜ਼ ਰਹਿਣਗੇ। ਹਾਂ ਠੀਕ ਆ, ਇੱਦਾਂ ਠੀਕ ਆ, ਧੁੱਪ ਤੋਂ ਮਹਿਫੂਜ਼ ਰਹਿਣਗੇ। ਫਾਈਨਲੀ ਜੀ ਚਿੜੀਆਂ ਦਾ ਖਾਣਾ ਪਾਣੀ, ਤੋਤੇ ਦਾ ਖਾਣਾ ਪਾਣੀ ਇਹਨਾਂ ਨੂੰ ਪਾ ਦਿੱਤਾ ਵਾ।
ਚਿੜੀਆਂ ਨੂੰ ਆਪਾਂ ਢੱਕ ਵੀ ਦਿੱਤਾ ਵਾ, ਲਿਹਾਜ਼ਾ ਹੁਣ ਆਪਾਂ ਚੱਲੇ ਹਾਂ ਮੰਡੀ, ਮੰਡੀ ਚੱਲ ਕੇ ਤੁਹਾਨੂੰ ਮਿਲਦੇ ਹਾਂ। ਫਾਈਨਲੀ ਜੀ ਮੰਡੀ ਅਸੀਂ ਪਹੁੰਚ ਆਏ ਹਾਂ, ਆਉਂਦੇ ਹਾਂ, ਕਨਾਤਾਂ ਕਨੂਤਾਂ ਉਹਨਾਂ ਨੇ ਲਾ ਦਿੱਤੀਆਂ, ਕੁਛ ਕੁਛ ਲਾ ਰਹੇ ਨੇ ਆ, ਮਿੱਟੀ ਛਿੱਟੀ ਸਟਾਈ ਆ ਵਾੜੇ ਉੱਚੇ ਕਰਨ ਲਈ, ਇੱਧਰੋਂ ਵਾੜਾ ਪੁੱਟਿਆ ਵਾ ਜਗ੍ਹਾ ਖੁੱਲ੍ਹੀ ਕਰਨ ਵਾਸਤੇ। ਬਾਕੀ ਵਾੜੇ ਉੱਧਰ ਪਿੱਛੇ ਜਿਹੜੇ ਵਾੜੇ ਕੱਲ੍ਹ ਤੁਹਾਨੂੰ ਦਿਖਾਏ ਸੀਗੇ, ਉਹ ਵਾੜੇ ਆਲਮੋਸਟ ਉਹਨਾਂ ਨੇ ਦੋ ਲਾਈਨਾਂ ਪੂਰੀਆਂ ਕਰਤੀਆਂ ਨੇ, ਵਾੜੇ ਲੱਗਣ ਦੇ ਨੇ ਫੁੱਲ ਸਪੀਡ ਨਾਲ। ਥੋੜ੍ਹੀ ਦੇਰ ਤੱਕ ਤੁਹਾਨੂੰ ਫਿਰ ਮੈਂ ਉੱਧਰ ਲੈ ਕੇ ਜਾਂਦਾ, ਉਹ ਵਾੜੇ ਵੀ ਦਿਖਾਉਂਦਾ ਤੁਹਾਨੂੰ। ਕੰਮ ਮਾਸ਼ਾਅੱਲਾ ਖਿੱਚੀ ਜਾਂਦੇ ਆ ਛੇਤੀ ਛੇਤੀ, ਆ ਵਾੜਿਆਂ ਦੀ ਆ ਲਾਈਨ ਤਕਰੀਬਨ ਆਲਮੋਸਟ ਪੂਰੀ ਕਰ ਦਿੱਤੀ ਹੈ ਇਹਨਾਂ ਨੇ, ਅੱਗੇ ਜਾਂ ਬਣਨਗੇ। ਉੱਦਾਂ ਆਪਾਂ ਇਸ਼ਬੀਰ ਤੁਰੇ ਜਾਂਦੇ ਆ, ਉੱਧਰ ਨੂੰ ਮੈਂ ਵੀ ਜਾ ਰਿਹਾ ਉਹਨਾਂ ਦੇ ਪਿੱਛੇ ਪਿੱਛੇ ਹੀ, ਜਿਹੜਾ ਮੇਨ ਸਾਈਡ ਜਿੱਧਰੋਂ ਸ਼ੁਰੂ ਹੋਣੀ ਨਾ ਉਹ ਵਾਲੀ ਸਾਈਡ ਆ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ। ਆਹ ਦੇਖੋ ਆ ਖਿੜਕੇ ਲੱਗ ਕੇ ਨਾ ਆਲਮੋਸਟ ਇਹ ਵਾੜੇ ਪੂਰੇ ਹੋ ਗਏ ਨੇ, ਪੂਰੇ ਹੋਣ ਤੋਂ ਮੁਰਾਦ ਕਿ ਇੱਕ ਇੱਕ ਵਾੜਾ ਬਣ ਗਿਆ ਵਾ। ਆਹ ਖਿੜਕੇ ਲੱਗ ਗਏ ਨੇ ਚਾਰ ਦੁਆਰੀ, ਆਹ ਵਿੱਚ ਜਿਹੜਾ ਜਗ੍ਹਾ ਬਣਦੀ ਆ ਇਹ ਵਾੜਾ ਬਣ ਗਿਆ, ਆਹ ਇੱਕ ਵਾੜਾ ਟੋਟਲ ਆਹ ਬਣਾਉਂਦੇ ਆ, ਮਤਲਬ ਕਿ ਆਹ ਇੱਧਰੋਂ ਐਂਟਰ ਹੋਏ, ਆਹ ਇੱਕ ਵਾੜੇ ਦੇ ਹਿੱਸੇ। ਹੁਣ ਇੱਦਾਂ ਹੀ ਕਰਕੇ ਉਹ ਉੱਥੇ ਤੱਕ ਵਾੜੇ ਲੱਗ ਗਏ ਨੇ, ਆਹ ਸਾਰੀ ਲੱਕੜ ਜਿਹੀ ਖਿਲਰੀ ਪਈ ਆ, ਇਹ ਲਾਉਣੀ ਆ, ਇਹ ਥੋੜ੍ਹਾ ਜਿਹਾ ਭਰਿਆ ਜਾਏਗਾ। ਇਹਦੇ ਵਿੱਚ ਇੱਕ ਨਲਕੇ ਵਾਸਤੇ ਹਿੱਸਾ ਕੱਢਿਆ ਵਾ, ਨਲਕਾ ਲਵਾਉਣਾ ਵਾੜਿਆਂ ਦੇ ਨਾ ਵਿੱਚ, ਇੱਕ ਉੱਧਰ ਵਾਲੇ ਪਾਸੇ 'ਤੇ ਲੱਗੀਆਂ ਨੇ ਮੋਟਰਾਂ ਦੋ, ਇੱਧਰ ਇੱਕ ਨਲਕਾ ਲਵਾ ਦੇਣਾ। 8 ਤੋਂ 10 ਦਿਨ ਲੱਗ ਜਾਣੇ ਤਕਰੀਬਨ ਨਾ, ਆਹ ਸਾਰਾ ਏਰੀਆ ਜਿਹੜਾ ਹੈ ਨਾ ਵਾੜੇ ਪੂਰੇ ਹੋ ਜਾਣੇ ਆ। ਉੱਧਰ ਵੀ ਮਿੱਟੀ ਛਿੱਟੀ ਆ ਗਈ ਆ ਵਾੜੇ ਲੱਗਣ ਦੇ, ਇੱਧਰੋਂ ਉਹ ਟੋਏ ਤੋਰਲੇ ਪਾਸੇ ਲੱਗਣੇ ਆ, ਇੱਧਰ ਆਲਮੋਸਟ ਇਹਨਾਂ ਨੇ ਅੱਧਾ ਕੁ ਪਜਾਦਾ ਕੰਮ ਕਰ ਲਿਆ ਵਾ, ਮਤਲਬ ਕਿ ਤਿੰਨ ਚਾਰ ਟੋਟਿਆਂ 'ਚ ਕੰਮ ਕਰਨਾ 8 ਤੋਂ 10 ਦਿਨਾਂ ਦੇ ਵਿੱਚ ਵਾੜੇ ਮੁਕੰਮਲ ਹੋ ਜਾਣੇ ਆ। 2 ਵਜੇ ਦਾ ਟਾਈਮ ਆ ਤਾਂ ਤੁਸੀਂ ਕੁਦਰਤ ਦਾ ਨਿਜ਼ਾਮ ਚੈੱਕ ਕਰ ਲਓ। 1 ਘੰਟਾ ਪਹਿਲਾਂ ਨਾ ਮੈਂ ਚੈੱਕ ਕਰਨ ਲਿਆ ਸੀਗਾ ਵੈਦਰ ਅਪਡੇਟ, ਕਿਉਂਕਿ ਗਰਮੀ ਬਹੁਤ ਸੀ, ਧੁੱਪ ਬਹੁਤ ਜ਼ਿਆਦਾ ਲੱਗੀ ਸੀ, ਅਤੇ ਗੂਗਲ ਵਾਲੇ ਸ਼ੋਅ ਕਰਾ ਰਹੇ ਸੀ 41 ਡਿਗਰੀ ਸੈਂਟੀਗ੍ਰੇਡ, ਅਤੇ ਮੁੜ ਕੇ ਕਹਿੰਦੇ ਸੀ ਸ਼ਾਮ ਤੱਕ ਨਾ ਦੁਪਹਿਰ ਤਕਰੀਬਨ 2-3 ਵਜੇ ਤੱਕ ਇਹ ਹੋ ਜਾਣੀ ਆ 42 ਡਿਗਰੀ, ਅਤੇ ਉਹ ਕੁਦਰਤ ਦਾ ਨਿਜ਼ਾਮ ਦੇਖ ਲਓ ਬੱਦਲ ਹੋ ਗਿਆ। ਮੈਂ ਕਹਿਣ ਦਿਆ ਸੀਗਾ ਕਿ ਜਿੰਨੀਆਂ ਮਰਜ਼ੀ ਸੈਂਸਾਂ ਲੜਾ ਲੈਣ, ਜਿੰਨੇ ਮਰਜ਼ੀ ਵੈਦਰ ਅਪਡੇਟ ਦੇ ਦੇਣ, ਜੋ ਮਰਜ਼ੀ ਕਹਿ ਦੇਣ, ਪਰ ਜਿਹੜਾ ਨਿਜ਼ਾਮ ਕੁਦਰਤ ਦਾ ਨਾ ਉਹਨੂੰ ਇਹ ਸਮਝ ਨਹੀਂ ਸਕਦੇ। ਹੁਣ ਹਵਾ ਚੱਲਣ ਲੱਗ ਪਈ ਆ, ਬੱਦਲ ਵੀ ਹੋ ਗਿਆ ਵਾ, ਅਤੇ ਦਿਲ ਕਰੇ ਹੋਰ ਥੋੜ੍ਹੀ ਦੇਰ ਨੂੰ ਬਾਰਿਸ਼ ਹੋ ਜਾਵੇ, ਅਤੇ ਇੱਥੇ 42 ਡਿਗਰੀ ਸੈਂਟੀਗ੍ਰੇਡ ਤੱਕ ਦੱਸਣ ਦੇ ਸੀਗੇ ਗਰਮੀ ਚੱਲ ਜਾਣੀ ਆ। ਅਗਲੇ ਪੂਰੇ ਹਫ਼ਤੇ ਦੇ ਵਿੱਚ ਉਹਨਾਂ ਨੇ ਦੱਸਿਆ 48 ਤੋਂ 49 ਡਿਗਰੀ ਤੱਕ ਜਾਣੀ ਆ ਅਗਲੇ ਪੀਰ ਤੱਕ। ਮਿੱਟੀ ਦੀਆਂ ਟਰਾਲੀਆਂ ਸੁੱਟ ਗਏ ਸੀ ਥੋੜ੍ਹੀ ਦੇਰ ਪਹਿਲੇ, ਇੱਕ ਇੱਕ ਕਰਕੇ ਜਿੰਨੀਆਂ ਸਟਾਣੀਆਂ ਸੀਗੀਆਂ, ਹੁਣ ਟਰੈਕਟਰ ਆਇਆ ਵਾ ਇਹ ਧੱਕ ਕੇ ਹੁਣ ਮਿੱਟੀ ਅੰਦਰ ਕਰ ਦੇਗਾ, ਇਸ ਤੋਂ ਬਾਅਦ ਫਿਰ ਅਸੀਂ ਹੁਣ ਨਿਕਲ ਜਾਣਾ ਵਾ। ਅਸੀਂ ਜਾਣਾ ਰਾਹ 'ਚ ਜਾਂਦੇ ਆਉਣਾ ਲੱਕੜ ਮੰਡੀ ਜਾਣਾ, ਜ਼ਰਾ ਬੰਦੇ ਨੂੰ ਇੱਕ ਨੂੰ ਮਿਲਣਾ ਵਾ, ਅਤੇ ਕੋ ਲੱਕੜ ਲਈ ਸੀਗੀ ਆ ਵਾੜੇ ਬਣਾਉਣ ਵਾਸਤੇ, ਵੀ ਲੱਕੜ ਚਾਹੀਦੀ ਆ, ਉਹਦੇ ਕੋਲ ਲਈ ਦੀ ਆ, ਜਾ ਕੇ ਉਹਨਾਂ ਹਿਸਾਬ ਕਿਤਾਬ ਕਰਨਾ, ਹੁਣ ਜਾ ਕੇ ਉਹਨੂੰ ਟੱਕਰਦੇ ਆ। ਫਾਈਨਲੀ ਜੀ ਘਰ ਵਾਪਸ ਆ ਗਏ ਆ, ਮੁੰਡੇ ਆਪਣੇ ਸਾਰੇ ਖੇਲਣਦੇ ਨੇ ਕ੍ਰਿਕਟ, ਇਹਨਾਂ ਨਾਲ ਹੁਣ ਖੇਲਾਂਗੇ ਕ੍ਰਿਕਟ। ਵਾੜੇ 4 ਅੱਜ ਤਿਆਰ ਹੋ ਗਏ ਆ, ਸਵੇਰ ਤੱਕ ਉਹਨਾਂ ਨੂੰ ਤੰਬੂ ਕਰਾਤਾ, ਹਰ ਸ਼ਹਿਰ ਲੱਗ ਜਾਣੀ, ਲੈਟ ਸ਼ੈਡ ਦਾ ਇੰਤਜ਼ਾਮ ਕਰ ਦੇਣਾ ਉਹਨਾਂ ਦਾ। ਕੱਲ੍ਹ ਨੂੰ 4 ਗੱਡੀਆਂ ਆਉਣੀਆਂ ਡੰਗਰਾਂ ਦੀਆਂ, ਕੱਲ੍ਹ ਤੁਹਾਨੂੰ ਦਿਖਾਵਾਂਗੇ ਨਵੇਂ ਜਾਨਵਰ ਜਿਹੜੇ ਕੁਰਬਾਨੀ ਦੇ ਜਾਨਵਰ। ਅੱਜ ਲਈ ਬਸ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅੱਲਾ ਹਾਫਿਜ਼।